उन्हां दी कुड़ी गलत सी, मैं पहले रोकदा हुंदा सी जी, वो रोकण करके मेरी पोती बाहर आई, उन्होंने देखा अच्छ आखिरी दिन वो मेरी पोती नूं चक्के लै गई जी। मैं उन्होंने इतने आके 10 मिनट बाद लभ्या, मैं मेरी दिलरोज कित्थे आ, वो कहिंदे पता नहीं, उन्हां दा मुंडा कहिंदा मेरी मम्मी लैके गई आ, 2.5-3 साल दी सी जी, मुड़ के कहिंदे इह तां गला घुट के मिट्टी जी दबदी, कहिंदी मारती जी। पुलिस ने गिरफ्तारी कर लिया, इन्हां दा गैंग है जी, सारा परिवार नाल मिलिया होया, ये माँ प्यो भरा एदा, ये तलाक होया वे, दोनों बच्चे नाल है। पूछगिछ के दौरान नीलम ने यह गल मनी है, ये बच्चों नू शिमलापुरी तो लेके सलेम डबरी एरिया विच जाके उत्ते एक खेतों में बच्चों नू दबा दिता, फिर वापस आ गई। मेरा नाम शमिंदर सिंह जी, मेरी पोती बाहर खेडती सी, नाल देना मकान बेचिया सी, जो अज आखिरी दिन सी उन्हां दा जी, उन्हां दी कुड़ी गलत सी, मैं पहले रोकदा हुंदा सी जी, वो रोकण करके मेरी पोती बाहर आई, उन्होंने देखा अज आखिरी दिन वो मेरी पोती नूं चक्के लै गई जी। मैं उन्हां दा इत्थे आके 10 मिनट बाद लभ्या, मैं मेरी दिलरोज कित्थे आ, वो कहिंदे पता नहीं, उन्हां दा मुंडा कहिंदा मेरी मम्मी लैके गई आ, वो कुड़ी नूं फोन किया, ले तेरी नीलम दिलरोज तेरे नाल, कहिंदी नहीं मैं तां लैके नहीं आई, असीं आसे पासे सारे लभण लग गए, एक होर बच्चे ने सानूं कहा वो नीलम लैके गई आ जी, ਸਾਨੂੰ ਪਤਾ ਨਹੀਂ, ਸ਼ੱਕ ਵੀ ਨਹੀਂ ਸੀ ਸਾਨੂੰ, ਜਦੋਂ ਆਈ ਇੱਥੇ ਕਹਿੰਦੇ ਨੇ ਮੇਰੇ ਨਾਲ ਤਾਂ ਹੈ ਨਹੀਂ, ਅਸੀਂ ਕੈਮਰਾ ਚੈੱਕ ਕੀਤਾ, ਕੈਮਰੇ ਦੇ ਵਿੱਚ ਫੋਟੋ ਆ ਗਈ ਉਹਦੀ ਜੀ, 2.5-3 ਸਾਲ ਦੀ ਸੀ ਜੀ, 19-2-19 ਦਾ ਜਨਮ ਹੈ ਜੀ ਉਹਦਾ। ਅੱਛਾ ਜੀ, ਹਾਂਜੀ, ਅਤੇ ਫਿਰ ਕੀ, ਫਿਰ ਉਹ ਪੁਲਿਸ ਵਾਲੇ ਆ ਗਏ, ਮੁਲਾਜ਼ਮ ਸਾਰੇ ਕਾਫੀ ਬੰਦੇ ਆ ਗਏ, ਉਹ ਪੁਲਿਸ ਵਾਲੇ ਕੁੜੀ ਨੂੰ ਲੈ ਕੇ ਚੱਕ ਕੇ, ਮੈਂ ਸਾਨੂੰ ਸ਼ੱਕ ਇਹਦੇ 'ਤੇ ਆ, ਮੁੜ ਕੇ ਕਹਿੰਦੇ ਇਹ ਤਾਂ ਗਲਾ ਘੁੱਟ ਕੇ ਮਿੱਟੀ 'ਚ ਦੱਬਦੀ, ਕਹਿੰਦੀ ਤੁਹਾਡੀ ਪੋਤੀ ਮਾਰਦੀ ਮਾਰਤੀ ਜੀ ਪੁਲਿਸ ਨੇ ਗ੍ਰਿਫਤਾਰੀ ਕਰ ਲਿਆ, ਇਹਨਾਂ ਦਾ ਗੈਂਗ ਹੈ ਜੀ, ਸਾਰਾ ਪਰਿਵਾਰ ਨਾਲ ਮਿਲਿਆ ਹੋਇਆ, ਇਹ ਮਾਂ ਪਿਓ ਭਰਾ ਇਹਦਾ, ਇਹ ਤਲਾਕ ਹੋਇਆ ਹੋਇਆ, ਦੋਨੇ ਬੱਚੇ ਨਾਲ ਹੈ, ਰੋਜ਼ ਸੁਣੇ ਦੀਆਂ ਮੁੰਦੀਆਂ ਬਣਵਾਉਂਦੀ ਆ, ਇਹ ਕਿੱਥੋਂ ਬਣਵਾਉਂਦੀ ਹੈ, ਗੈਂਗ ਹੈ ਇਹਦਾ ਜੀ, ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਹਦੀ, ਹੋਰ ਵੀ ਬੱਚੇ ਨੇ ਅਗਵਾਹ ਕੀਤੇ, ਪੁਲਿਸ ਕਾਰਵਾਈ ਕਰਨੀ ਚਾਹੀਦੀ ਆ, ਬਹੁਤ ਜ਼ਰੂਰੀ। ਤੁਹਾਡੇ ਬੱਚੇ ਦੀ ਡੈੱਡ ਬੋਡੀ ਮਿਲੀ? ਡੈੱਡ ਬੋਡੀ ਸਿਵਰੰਟੀ ਆ, DMC ਜਾਈ, DMC ਦੇ ਵਿੱਚ ਆ, ਪੋਸਟਮਾਰਟਮ ਹੋ ਕੇ ਮਿਲੂਗੀ ਜੀ। ਤੁਹਾਡੀ ਲਾਗ ਡਾਟ ਕੀ ਸੀਗੀ? ਕੋਈ ਲਾਗ ਡਾਟ ਨਹੀਂ, ਕੁੜੀ ਗਲਤ ਸੀ, ਬਸ ਆਹੀ ਕਰਕੇ ਸੀ ਜੀ ਸਾਡੀ ਲਾਗ ਡਾਟ। ਆਪਦਾ ਮਕਾਨ ਸੀ, ਅੱਜ ਸੇਲ, ਅੱਜ ਆਖਰੀ ਦਿਨ ਸੀ, ਇਹਨਾਂ ਨੇ ਸੇਲ ਕਰਤਾ ਸੀ ਜੀ। ਅੱਛਾ, ਮਕਾਨ ਆਪਣਾ ਸੇਲ ਕਰਕੇ ਤੁਹਾਡੇ ਬੱਚੇ ਨੂੰ ਲੈ ਗਏ? ਹਾਂਜੀ ਹਾਂਜੀ, ਹਜੇ ਅੱਧਾ ਸਮਾਨ ਅੰਦਰ ਹੀ ਪਿਆ ਜੀ ਇਹਨਾਂ ਦਾ। ਠੀਕ ਹੈ ਜੀ, ਹਾਂਜੀ, ਇਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਉਹ ਲੇਡੀ ਦੀ ਕਿੰਨੀ ਉਮਰ ਆ ਜਿਹੜੀ ਜਨਾਨੀ ਲੱਗੀ ਸੀ? ਉਹ ਲੇਡੀ ਜੀ ਦੀ ਹੋਊਗੀ 30-35 ਸਾਲ ਦੀ ਉਮਰ ਹੋਈ ਜੀ, ਉਹਦੇ 2 ਮੁੰਡੇ ਆ ਜੀ, ਉਹ ਦੋਨੇ ਮੁੰਡੇ ਵੀ ਇੱਥੇ ਰਹਿੰਦੇ ਆ, ਉਹਨੇ ਲੜਕੇ ਭਰਜਾਈ ਨੂੰ ਘਰੋਂ ਕੱਢਤਾ, ਆਪ ਘਰੇ ਬੈਠੀ ਆ ਜੀ। ਸਾਜੇ ਦੇ ਵਿੱਚ ਹੈਗੇ ਆ ਮੈਂਬਰ ਇਹਨਾਂ ਦੇ ਸਾਰੇ ਆ ਜੀ ਬਸੰਤ ਪਾਰਕ ਦੇ ਕੋਲੇ ਬਸੰਤ ਪਾਰਕ ਦੇ ਕੋਲੇ ਪਾਵਾ ਹਸਪੀਟਲ ਦੇ ਨਾਲ ਹੀ। ਤੇ ਪੁਲਿਸ ਮੌਕੇ ਤੇ ਆਈ ਕੋਈ? ਪੁਲਿਸ ਮੌਕੇ ਤੇ ਆ ਗਈ, ਉਹਦੀ ਕਾਰਵਾਈ ਕੀਤੀ, ਪੁਲਿਸਾਂ ਨੇ 2 ਘੰਟੇ 'ਚ ਡੈੱਡ ਬੋਡੀ ਲੱਭ ਲਈ ਜੀ। ਉਹਦਾ ਕੈਮਰੇ 'ਚ ਦੇਖਿਆ ਉਹਨਾਂ ਨੇ। ਤੇ ਬਾਕੀ ਮੈਂਬਰ ਘਰ ਦੇ, ਫੈਮਿਲੀ ਮੈਂਬਰ ਵੀ ਸਾਰੇ ਮਿਲੇ ਹੋਏ ਆ ਜੀ, ਹੁਣ ਸਾਰਿਆਂ ਨੂੰ ਪੁਲਿਸ ਮੁਲਾਜ਼ਮ ਲੈ ਗਏ ਜੀ, ਸਾਰੇ ਮਿਲੇ ਹੋਏ ਆ, ਮਕਾਨ ਵੇਚਿਆ ਸੀ, ਦੁਸ਼ਮਣੀ ਕੱਢਣੀ ਸੀ ਜੀ ਸਾਡੇ ਨਾਲ, ਉਹ ਕੁੜੀ ਗਲਤ ਹੋਣ ਕਰਕੇ ਜੀ। 2 ਵਜੇ ਅਸੀਂ ਘਰੇ ਆਏ ਹਾਂ, ਬੱਚਾ ਸਾਡੇ ਗੇਟ ਵਿੱਚ ਖੜਾ ਸੀ, ਮੰਮੀ ਕੋਲੇ ਸੀ, 2:15 ਤੇ ਮੰਮੀ ਗਏ ਆ, ਐਕਟਿਵਾ ਦੀ ਆਵਾਜ਼ ਸੁਣ ਕੇ ਮੈਂ ਕੱਪੜੇ ਚੇਂਜ ਕਰਦੀ ਸੀ, ਮੈਂ ਨਾਲ ਹੀ ਬਾਹਰ ਚਲੀ ਗਈ, ਜਦੋਂ ਐਕਟਿਵਾ ਦੀ ਆਵਾਜ਼ ਸੁਣੀ ਵੀ ਮੰਮਾ ਜਾ ਰਹੇ ਆ, ਜਦੋਂ ਮੈਂ ਬਾਹਰ ਗਈ ਹਾਂ, ਜਾਣ ਸਾਰ ਮਤਲਬ ਹੈ ਨਹੀਂ ਸੀਗੀ, ਮੈਂ ਪੁੱਛਿਆ, ਮੈਂ ਕਿਹਾ ਮੈਂ ਆਪਣੇ ਬੇਟੇ ਨੂੰ, ਮੈਂ ਕਿਹਾ ਕਿੱਥੇ ਦਿਲਰੋਜ, ਕਹਿੰਦਾ ਮੰਮਾ ਬੂਆ ਨਾਲ ਗਈ ਆ। ਫਿਰ ਮੈਨੂੰ ਬੱਚੇ ਨੇ ਦੱਸਿਆ, ਕਹਿੰਦਾ ਆਹ ਨਾਲ ਦੀ ਦੀਦੀ ਨਾਲ ਚਲ ਗਈ, ਮੈਂ ਘਰੇ ਆ ਕੇ ਫੋਨ ਕੀਤਾ, ਮੈਂ ਕਿਹਾ ਦੀਦੀ ਦਿਲਰੋਜ ਸੌ ਨਾ ਜਾਵੇ, ਉਹ ਸੁੱਤੀ ਨਹੀਂ ਅੱਜ, ਤੁਸੀਂ ਧਿਆਨ ਰੱਖ ਲਿਓ, ਕਹਿੰਦੀ ਮੈਂ ਤਾਂ ਲੈ ਕੇ ਹੀ ਨਹੀਂ ਗਈ, ਕਹਿੰਦੀ ਮੈਂ ਲੈ ਕੇ ਨਹੀਂ ਗਈ, ਮੈਂ ਨਾਲ ਦੀ ਨਾਲ ਪਾਪਾ ਆ ਗਏ, ਪਾਪਾ ਨੇ ਲੱਭਣਾ ਸ਼ੁਰੂ ਕਰਤਾ, 1 ਮਿੰਟ 'ਚ ਹੀ ਲੈ ਗਈ। ਅੱਜ ਦੁਪਹਿਰ 3:15 ਲੁਧਿਆਣਾ ਪੁਲਿਸ ਕੰਟਰੋਲ ਰੂਮ ਇੱਕ ਬੱਚੇ ਕਿਡਨੈਪਿੰਗ ਬਾਰੇ ਮੈਂ ਤਲਾ ਮਿਲੀ ਹੈ। ਇੱਕ ਵਿਅਕਤੀ ਹਰਪ੍ਰੀਤ ਸਿੰਘ ਨੇ ਦੱਸਿਆ, ਉਹਦੇ ਬੱਚੇ 2.5 ਸਾਲ ਕੇ ਹੈ, ਲੜਕੀ, ਉਹ ਕਿਡਨੈਪਿੰਗ ਹੋਣੇ ਕੇ ਬਾਰੇ ਮੈਂ ਦੱਸਿਆ। ਇਮੀਡੀਏਟਲੀ ਸ਼ਿਮਲਾਪੁਰੀ ਪੁਲਿਸ ਪਾਰਟੀ ਨੇ ਮੌਕਾ ਪਰ ਚਲੇ ਗਿਆ ਅਤੇ ਤਫਤੀਸ਼ ਕਰਨਾ ਸ਼ੁਰੂ ਕਰ ਦਿੱਤੀ। ਆਸ ਪਾਸ ਮੈਂ ਲੋਕਾਂ ਨੂੰ ਪੁੱਛਗਿੱਛ ਕੀਤੀ, CCTV ਕੈਮਰਾ ਵਗੈਰਾ ਚੈੱਕ ਕੀਤੀ, ਉਸਮੇ ਇੱਕ ਗੱਲ ਤਸਦੀਕ ਹੋਈ ਹੈ, ਇਹਨਾਂ ਦੀ ਗੁਆਂਢੀ ਨੀਲਮ
नाम से औरत ने बच्चों नूं पहलां लेके जाने वाली गल सामने आई है। इमीडिएटली पुलिस पार्टी ने नीलम नूं कब्जे विच लेके उन्होंने पूछगिछ की है। पूछगिछ के दौरान नीलम ने यह गल मन्नी है, ये बच्चों नूं शिमलापुरी तो लेके सलेम डबरी एरिया विच जाके उत्ते एक खेतों में बच्चों नूं दबा दिता, फिर वापस आ गई। फिर इस गल नूं लेके पुलिस पार्टी तुरंत शिमला सलेम डबरी एरिया में जाके पीसीआर पार्टी की हेल्प लेके इमीडिएटली बच्चों नूं रिकवर किया। उन्होंने फस्ट एड लई डीएमसी हॉस्पिटल भेज दिती, मगर उत्ते डॉक्टर ने दसिया ये बच्चे ब्रॉड डेड डिक्लेयर किया। ये जड़े तफ्तीश में हुण तक ये गल सामने आ रही है, इन्हें दी दोनों को गुआंढी होने के करके कोई ना कोई कल करा रंजिशवादी चल रही है, अनबन है। इसके वजह से नीलम ने ये काम आज ही किया। लोकल पुलिस वालों केस रजिस्टर करके अगली कार्रवाई अमले च लिया जा रही है। देर है पर हनेर नहीं, कि तुसी परेशान हो आज ही संपर्क करो गुरु बशीर खान, कॉल करो 98154-60-154। पता लुधियाना, हर परेशानी दा हाल पाओ 100% गारंटी दे नाल। परेशानी जिवे व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 हो या मेगा मिलियन। हर जगह तो निराश ते धोखा खा चुके दुखी भैन भरा एक बार जरूर संपर्क करो, मैं तुहानू खून हंजू नहीं रोन दियांगा। इट्स माई प्रॉमिस। गुरु बशीर खान 98154-60-154।